ਇਹ ਅਧਿਆਤਮਕ ਸੈਗਮੈਂਟ AMC ਇੰਸ਼ੋਰੈਂਸ ਵੱਲੋਂ ਸਪਾਂਸਰ ਕੀਤਾ ਗਿਆ ਹੈ। 6045076666। ਦਾ ਹਰਪ੍ਰੀਤ ਸਿੰਘ ਸ਼ੋਅ ਦੇ ਅੱਜ ਦੇ ਐਪੀਸੋਡ ਵਿੱਚ ਆਪ ਦਾ ਹਾਰਦਿਕ ਸਵਾਗਤ ਹੈ। ਗੁਰਗਿਆਨ ਸਮੁੰਦਰ ਸੀਰੀਜ਼ ਰਾਹੀਂ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਗੁਰੂ ਸਾਹਿਬ ਸਾਨੂੰ ਕੀ ਉਪਦੇਸ਼ ਕਰਦੇ ਨੇ ਉਸ ਤੋਂ ਅਸੀਂ ਫੋਲੋ ਕਰ ਸਕੀਏ, ਪਰ ਫੋਲੋ ਤੋਂ ਅਸੀਂ ਤਦ ਹੀ ਕਰਾਂਗੇ ਜੇਕਰ ਸਾਨੂੰ ਸਮਝ ਹੋਵੇ। ਇਸ ਲਈ ਭਾਈ ਰਾਮ ਸਿੰਘ ਜੀ ਯਤਨ ਕਰ ਰਹੇ ਨੇ ਕਿ ਸਾਨੂੰ ਜੋ ਗੁਰੂ ਸਾਹਿਬ ਕਹਿ ਰਹੇ ਨੇ ਸਰਲ ਸ਼ਬਦਾਂ ਵਿੱਚ ਸਮਝਾ ਸਕਣ ਅਤੇ ਰੋਜ਼ਮਰਾ ਜ਼ਿੰਦਗੀ ਦੇ ਵਿੱਚ ਐਗਜ਼ਾਮਪਲਸ ਲੈ ਕੇ ਦੱਸਦੇ ਨੇ ਕਿ ਕਿਸ ਤਰ੍ਹਾਂ ਗੁਰੂ ਦੀ ਉਹ ਸੋਚ ਜੋ ਹੈ ਉਸ ਨੂੰ ਅਸੀਂ ਅਪਣਾ ਸਕੀਏ। ਇਸ ਸਫ਼ਰ ਵਿੱਚ ਆਓ ਮੁੜ ਤੋਂ ਜੁੜਦੇ ਹਾਂ ਅਤੇ ਭਾਈ ਸਾਹਿਬ ਤੋਂ ਜਾਣਕਾਰੀ ਲੈਂਦੇ ਹਾਂ। 26ਵੀਂ ਪੌੜੀ ਤੱਕ ਅਸੀਂ ਪਹੁੰਚ ਚੁੱਕੇ ਹਾਂ ਜਿਸ ਵਿੱਚ ਕਿ ਗੁਰੂ ਸਾਹਿਬ ਸਾਨੂੰ ਅਨਮੋਲ ਗੁਣਾਂ ਦੇ ਬਾਰੇ ਜ਼ਿਕਰ ਕਰ ਰਹੇ ਨੇ ਜਿਸ ਨੂੰ ਕਿ ਅਸੀਂ ਅਡੋਪਟ ਕਰ ਸਕਦੇ ਹਾਂ। ਆਓ ਇਸ ਸਫ਼ਰ ਵਿੱਚ ਜੁੜਦੇ ਹਾਂ ਅਤੇ ਭਾਈ ਰਾਮ ਸਿੰਘ ਜੀ ਤੋਂ ਜਾਣਕਾਰੀ ਲੈਂਦੇ ਹਾਂ। ਭਾਈ ਸਾਹਿਬ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਸਫ਼ਰ ਕਈ ਮਹੀਨਿਆਂ ਤੋਂ ਚੱਲ ਰਿਹਾ ਹੈਗਾ ਜੀ, ਜਿਸ ਵਿੱਚ ਕਿ ਤੁਸੀਂ ਆ ਕੇ ਸਾਨੂੰ ਐਕਸਪਲੇਨ ਕਰ ਰਹੇ ਹੋ, ਸਮਝਾ ਰਹੇ ਹੋ। ਰਜਾਈਨਾ ਤੋਂ ਤੁਸੀਂ ਇੱਥੇ ਆਉਂਦੇ ਹੋ, ਬਹੁਤ ਸਾਰੀ ਸਾਨੂੰ ਕਾਲਸ ਆ ਰਹੀਆਂ ਨੇ, ਬਹੁਤ ਸਾਰੀਆਂ ਈਮੇਲਸ ਆਉਂਦੀਆਂ ਨੇ ਜਿਹਦੇ 'ਚ ਕਿ ਧੰਨਵਾਦ ਲੋਕ ਕਰ ਰਹੇ ਨੇ। ਅਤੇ ਖਾਸ ਤੌਰ ਦੇ ਉੱਤੇ ਜਿਹੜਾ ਯੂਟਿਊਬ 'ਤੇ ਪੈਂਦਾ ਅਤੇ ਤੁਸੀਂ ਆਪਣੀ ਵੈਬਸਾਈਟ 'ਤੇ ਪਾਉਂਦੇ ਹੋ sikhcommunity.net 'ਤੇ, ਉੱਥੋਂ ਵੀ ਲੋਕ ਇਸ ਦਾ ਫਾਇਦਾ ਲੈ ਰਹੇ ਨੇ, ਦੁਨੀਆ ਭਰ ਦੇ ਵਿੱਚ ਇਹ ਮੈਸੇਜ ਪਹੁੰਚ ਰਿਹਾ। ਸੋ ਉਸ ਵਾਸਤੇ ਤੁਹਾਡਾ ਧੰਨਵਾਦ ਅਤੇ ਮੁਬਾਰਕਬਾਦ ਤੁਹਾਨੂੰ ਕਿ ਤੁਸੀਂ ਇਹ ਕੋਸ਼ਿਸ਼ ਆਰੰਭੀਏ, ਕਿਉਂਕਿ ਇਸ ਵਿੱਚ ਕਿੰਨੇ ਐਪੀਸੋਡਸ ਹੋਣਗੇ ਸਾਨੂੰ ਵੀ ਪਤਾ ਨਹੀਂ ਹੈਗਾ, ਕਿੰਨੇ ਸਾਲ ਗੁਰੂ ਸਾਡੇ ਤੋਂ ਇਹ ਸੇਵਾ ਲਏਗਾ ਸਾਨੂੰ ਪਤਾ ਨਹੀਂ, ਪਰ ਤੁਹਾਡਾ ਐਕਸਪੀਰੀਅੰਸ ਕਿਸ ਤਰ੍ਹਾਂ ਦਾ? ਕਿਉਂਕਿ ਹਰ ਇੱਕ ਵਿਅਕਤੀ ਜੋ ਹੈ ਉਹ ਕੁਛ ਨਾ ਕੁਛ ਸਿੱਖਦਾ, ਅਸੀਂ ਤਾਂ ਹਰ ਰੋਜ਼ ਕੁਛ ਨਾ ਕੁਛ ਸਿੱਖਦੇ ਹਾਂ, ਪਰ ਤੁਸੀਂ ਵੀ ਤਿਆਰੀ ਕਰਕੇ ਆਉਂਦੇ ਹੋ, ਤੁਹਾਡਾ ਐਕਸਪੀਰੀਅੰਸ ਕੈਂਪਸ ਰਾਹੀਂ ਬੱਚਿਆਂ ਨਾਲ ਲੋਕਾਂ ਨਾਲ ਬੜਾ ਰਿਹਾ, ਪਰ ਇੱਕ ਵੱਖਰੇ ਕਿਸਮ ਦਾ ਐਕਸਪੀਰੀਅੰਸ ਹੈਗਾ। ਤੁਹਾਡਾ ਕੀ ਆਬਜ਼ਰਵੇਸ਼ਨ ਚੱਲ ਰਹੀ ਹੈ ਅਤੇ ਕੀ ਕੁਛ ਤੁਹਾਨੂੰ ਸੁਣਨ ਨੂੰ ਮਿਲ ਰਿਹਾ ਜੀ? ਥੈਂਕ ਯੂ ਵੀਰੇ, ਮੇਰੇ ਕੋਲ ਵੀ ਫੀਡਬੈਕ ਆਉਂਦੀ ਹੈ। ਜ਼ਿੰਦਗੀ ਦੇ ਵਿੱਚ ਖਾਸ ਤੌਰ 'ਤੇ ਜਦੋਂ ਤੁਸੀਂ ਕੌਮ ਦੇ ਲਈ, ਸਮਾਜ ਦੇ ਲਈ ਕੁਛ ਕਰਨਾ ਹੈ ਜੀ, ਤਾਂ ਇੱਕ ਬੜੀ ਕਮਾਲ ਦੀ ਸ਼ਕਤੀ ਹੈ, ਉਹ ਹੈ ਹੌਸਲਾ। ਰਾਈਟ, ਠੀਕ ਹੈ, ਇੱਕ ਪੰਜਾਬੀ ਸ਼ਬਦ ਵਰਤਦੇ ਹਾਂ, ਹੌਸਲਾ ਅਫਜ਼ਾਈ, ਜਾਂ ਕਿਸੇ ਨੂੰ ਉਤਸ਼ਾਹਿਤ ਕਰ ਦੇਣਾ। ਬੜੀ ਖੁਸ਼ੀ ਹੁੰਦੀ ਹੈ ਵੀਰ ਜੀ, ਸੱਚ ਜਾਣਿਓ ਜੀ, ਜਦੋਂ ਕੋਈ ਮੈਨੂੰ ਇੱਕ ਐਡਮਿੰਟਨ ਤੋਂ ਫੋਨ ਆਉਂਦਾ, ਉਹ ਕਹਿੰਦਾ ਭਾਈ ਸਾਹਿਬ ਜੀ ਤੁਸੀਂ ਰਿਕਾਰਡਿੰਗ ਵਾਸਤੇ ਕਦੋਂ ਜਾਣਾ? ਰਾਈਟ, ਮੈਂ ਉਹਨੂੰ ਦੱਸ ਰਿਹਾ ਵੀ 19 ਤਰੀਕ ਨੂੰ ਮੈਂ ਜਾਵਾਂਗਾ, ਨੈਕਸਟ ਮੰਥ ਜਾਵਾਂਗਾ ਜੀ। ਤਾਂ ਉਹ ਮੈਨੂੰ ਕਹਿੰਦਾ ਵੀ ਸਾਡਾ ਪਰਿਵਾਰ ਆ, ਤੁਸੀਂ ਮਿਲਿਓ, ਸਾਡੇ ਬੱਚਿਆਂ ਨੂੰ ਮਿਲਿਓ। ਰਾਈਟ, ਇੱਕ ਹੌਸਲਾ ਮਿਲਦਾ, ਅਸੀਂ ਤੁਹਾਡੇ ਐਪੀਸੋਡ ਦੇਖਦੇ ਹਾਂ। ਇੱਦਾਂ ਹੀ ਮੈਨੂੰ ਇੱਕ ਫੋਨ ਆਉਂਦਾ, ਭਾਈ ਸਾਹਿਬ ਜੀ ਅਸੀਂ ਚਾਹੁੰਦੇ ਹਾਂ ਵੀ ਤੁਸੀਂ ਸਾਡੇ ਪਰਿਵਾਰ ਵਿੱਚ ਆ ਕੇ ਇੱਕ ਵਾਰੀ ਬੱਚਿਆਂ ਨਾਲ ਬੈਠੋ। ਤਾਂ ਉਹ ਜਿਹੜਾ ਅੰਦਰੋਂ ਹੌਸਲਾ ਮਿਲਦਾ ਵੀਰ ਜੀ, ਇੱਕ ਤਾਂ ਅੰਦਰੋਂ ਸਕੂਨ ਦਿੰਦਾ। ਰਾਈਟ, ਵੀ ਇਹਦਾ ਮਤਲਬ ਮੇਰੇ ਗੁਰੂ ਪਾਤਸ਼ਾਹ ਦੀ ਬਾਣੀ ਦਾ ਪ੍ਰਚਾਰ ਲੋਕਾਂ ਤੱਕ ਪਹੁੰਚ ਰਿਹਾ। ਰਾਈਟ, ਠੀਕ ਹੈ ਜੀ। ਦੂਸਰਾ, ਇਸ ਨੂੰ ਮੈਂ ਇਸ ਪਦੇ ਨਾਲ ਰਿਲੇਟ ਕਰਾਂ, ਮੈਂ ਤਾਂ ਇਹਨੂੰ ਵੀ ਬਖਸ਼ਿਸ਼ ਹੀ ਮੰਨਦਾ। ਠੀਕ, ਜ਼ਿੰਦਗੀ ਦੇ ਵਿੱਚ ਹਮੇਸ਼ਾ ਦੋ ਤਰ੍ਹਾਂ ਦੇ ਮਨੁੱਖਾਂ ਨਾਲ ਵਾਹ ਪੈਂਦਾ, ਇੱਕ ਉਹ ਜਿਹੜੇ ਦਿਲ ਲੁੱਟ ਕੇ ਲੈ ਜਾਂਦੇ ਨੇ, ਇੱਕ ਉਹ ਜਿਹੜੇ ਦਿਲ ਤੋੜ ਕੇ ਚੱਕਣਾ ਚੂਰ ਕਰ ਦਿੰਦੇ ਨੇ। ਰਾਈਟ, ਠੀਕ ਹੈ ਨਾ, ਬਿਲਕੁਲ। ਜਿਹੜੇ ਦਿਲ ਤੋੜ ਦਿੰਦੇ ਨੇ ਵੀਰ ਜੀ, ਬਿਨਾਂ ਵਜ੍ਹਾ ਵਿਰੋਧ ਕਰਦੇ ਨੇ, ਮੈਂ ਉਹ ਵੀ ਬਖਸ਼ਿਸ਼ ਹੀ ਹੈ ਨਾ, ਉਸ ਤੋਂ ਵੀ ਸਬਕ ਮਿਲਦਾ। ਹਾਂ ਬਿਲਕੁਲ, ਇੱਕ ਤਾਂ ਇਹ ਚੀਜ਼ ਸਿੱਖਣ ਨੂੰ ਮਿਲਦੀ ਹੈ ਕਿ ਆਪਣੇ ਅੰਦਰੋਂ ਹੀ ਇੱਕ ਨਵੀਂ ਮੋਟੀਵੇਸ਼ਨਲ ਵੇਵ ਪੈਦਾ ਹੁੰਦੀ ਹੈ। ਰਾਈਟ, ਮੈਂ ਜਿਸ ਵੇਲੇ ਇਹ ਰਿਕਾਰਡਿੰਗ ਵਾਸਤੇ ਆ ਰਿਹਾ ਸੀ ਰਜਾਇਨਾ ਏਅਰਪੋਰਟ ਤੋਂ ਜੀ, ਮੈਨੂੰ ਇੱਕ ਵਿਅਕਤੀ ਮਿਲਦਾ ਹੈ ਜਦੋਂ ਮੈਂ ਵੈਨਕੂਵਰ ਏਅਰਪੋਰਟ 'ਤੇ ਉਤਰਦਾ ਜੀ। ਤੁਸੀਂ ਭਾਈ ਰਾਮ ਸਿੰਘ? ਮੈਂ ਕਿਹਾ ਹਾਂਜੀ ਜੀ। ਫਿਰ ਮੈਨੂੰ ਦੁਬਾਰੇ ਫਿਰ ਪੁੱਛਦਾ, ਪਹਿਲਾਂ ਫਤਿਹ ਬੁਲਾਈ ਉਹਨੇ, ਫਿਰ ਦੁਬਾਰੇ ਪੁੱਛਦਾ ਹਰਪ੍ਰੀਤ ਸਿੰਘ ਸ਼ੋਅ ਵਾਲੇ ਭਾਈ ਰਾਮ ਸਿੰਘ? ਮੈਂ ਕਿਹਾ ਹਾਂਜੀ। ਕਹਿੰਦਾ ਜੀ ਅਸੀਂ ਰੋਜ਼ਾਨਾ ਸੁਣਦੇ ਹਾਂ, ਇੱਕ ਚਾਉ ਜਾਗਦਾ ਹੈ। ਬਿਲਕੁਲ, ਔਰ ਮੈਨੂੰ ਪੂਰੀ ਉਮੀਦ ਹੈ ਕਿ ਕਿਸੇ ਵੇਲੇ ਲੋਕ ਇਸ ਨੂੰ ਆਪ SD ਕਾਰਡ ਫਲੈਸ਼ ਡਰਾਈਵ ਵਿੱਚ ਪਾ ਕੇ ਵੰਡਣਗੇ। ਰਾਈਟ, ਖੁਸ਼ੀ ਮਹਿਸੂਸ ਕਰਨਗੇ। ਬਾਕੀ ਮੈਂ ਤਾਂ ਇਹ ਮੰਨ ਕੇ ਚੱਲਦਾ ਕਿ ਮੇਰਾ ਇੱਕ ਫਰਜ਼ ਹੈ, ਮੇਰੇ ਗੁਰੂ ਪਾਤਸ਼ਾਹ ਦੀ ਬਾਣੀ ਸਿਧਾਂਤ ਜਿੰਨੇ ਕੁ ਸਮਝ ਆਏ ਉਹਨੂੰ ਕਿਸ ਤਰੀਕੇ ਨਾਲ ਵੰਡਿਆ ਜਾਵੇ। ਬਿਲਕੁਲ ਭਾਈ ਸਾਹਿਬ, ਤੁਹਾਡੀ ਗੱਲ ਸਹੀ ਹੈ। ਬਖਸ਼ਿਸ਼ ਹੀ ਇਹ ਕਿ ਸਾਨੂੰ ਵੀ ਇੱਕ ਮੌਕਾ ਮਿਲਿਆ ਹੈਗਾ, ਕਿਉਂਕਿ ਇੱਕ ਮਾਧਿਅਮ ਰਾਹੀਂ ਇੱਕ ਇੰਗਲਿਸ਼ ਚੈਨਲ ਦੇ ਉੱਤੇ ਸਮਾਂ ਲੈ ਕੇ ਅਸੀਂ ਇਹ ਪ੍ਰਚਾਰ ਕਰ ਰਹੇ ਹਾਂ। ਐਂਡ ਉਹਦਾ ਮੈਂਡੇਟ ਇਹ ਹੈਗਾ ਕਿ ਅੱਧਾ ਪ੍ਰੋਗਰਾਮ ਜਿਹੜਾ 1 ਘੰਟੇ ਦਾ ਉਹ ਸਪਿਰਿਚੁਅਲ ਹੋਣਾ ਚਾਹੀਦਾ, ਨਹੀਂ ਤਾਂ ਅੱਜ ਕਿਉਂਕਿ ਜਿਸ ਤਰ੍ਹਾਂ ਦਾ ਅੱਜ ਸਮਾਜ ਬਣਿਆ ਪਿਆ, ਧਰਮ ਦੀ ਜਦੋਂ ਤੁਸੀਂ ਗੱਲ ਕਰਦੇ ਹੋ, ਕੋਈ ਸਪਿਰਚੁਐਲਿਟੀ ਦੀ ਗੱਲ ਕਰਦੇ ਹੋ, ਤੁਹਾਨੂੰ ਇੱਕ ਬੈਕਵਰਡ ਸਮਝਿਆ ਜਾਂਦਾ। ਵੈਲ ਆਫਕੋਰਸ ਤੁਸੀਂ ਤਾਂ ਪ੍ਰਚਾਰਕ ਹੋ, ਪ੍ਰਚਾਰ ਹੀ ਕਰਦੇ ਹੋ, ਲੇਕਿਨ ਆਮ ਤੌਰ ਦੇ ਉੱਤੇ ਕਿੱਥੇ ਤੁਸੀਂ ਚਲੇ ਜਾਓ, ਜੇਕਰ ਤੁਸੀਂ ਕੋਈ ਧਾਰਮਿਕ ਗੱਲ ਕਰੋ ਤਾਂ ਤੁਹਾਨੂੰ ਇੱਕ ਬੜੇ ਕੰਪਾਰਟਮੈਂਟਲਾਈਜ਼ ਤਰੀਕੇ ਨਾਲ ਸੋਚਿਆ ਜਾਂਦਾ ਹੈ। ਸੋ ਗੁਰੂ ਦੀ ਸਾਡੇ 'ਤੇ ਬਖਸ਼ਿਸ਼ ਹੈਗੀ ਕਿ ਸਾਨੂੰ ਇੱਕ ਮੌਕਾ ਮਿਲਿਆ ਹੈ ਅਤੇ ਉਸ ਰਾਹੀਂ ਅਸੀਂ ਇਹ ਮੈਸੇਜ ਦੇ ਸਕ ਰਹੇ ਹਾਂ। ਅਤੇ ਅੱਗੇ
ਵਡਭਾਗ ਸਾਡੇ ਕਿ ਤੁਹਾਡੇ ਵਰਗੀ ਸ਼ਖਸੀਅਤ ਮਿਲੀ ਜਿਹੜੀ ਕਿ ਇਸ ਨੂੰ ਤੁਸੀਂ ਮਨੋ ਕੁਛ ਕਮਿਊਨਿਟੀ ਨੂੰ ਵਾਪਸ ਦੇਣਾ ਚਾਹੁੰਦੇ ਹੋ, ਸੋ ਧੰਨਵਾਦ ਤੁਹਾਡਾ ਉਸ ਵਾਸਤੇ। ਮੇਰੇ 6 ਮਹੀਨੇ ਪਹਿਲਾਂ ਆਪਾਂ ਜਦੋਂ ਇੱਕ ਐਪੀਸੋਡ ਕੀਤੇ ਸਨ ਜੀ ਬੱਚਿਆਂ ਬਾਰੇ, ਰਾਈਟ, ਬੱਚੇ ਸਾਡੇ ਇਲੈਕਟ੍ਰੋਨਿਕ ਗੈਜਟਸ 'ਤੇ ਕਿਵੇਂ ਐਡਿਕਟਡ ਹੋ ਰਹੇ ਨੇ, ਉਹ ਤੁਹਾਡੇ ਵਾਲੇ ਯੂਟਿਊਬ 'ਤੇ ਵੀ ਜੀ ਅਤੇ ਮੇਰੀ ਵੈਬਸਾਈਟ sickcommunity.net 'ਤੇ ਵੀ ਪਏ ਨੇ, ਬਹੁਤ ਸਾਰੇ ਲੋਕ ਉਸ ਤੋਂ ਪ੍ਰਭਾਵਿਤ ਹੋ ਰਹੇ ਨੇ, ਰਾਈਟ, ਔਰ ਬਹੁਤ ਸਾਰਿਆਂ ਨੇ ਉਸਨੂੰ ਫੇਸਬੁੱਕ ਦੇ ਉੱਪਰ ਸ਼ੇਅਰ ਵੀ ਕੀਤਾ, ਐਬਸੋਲੂਟਲੀ ਰਾਈਟ, ਵਟਸਐਪ 'ਤੇ ਭੇਜ ਰਹੇ ਨੇ, ਖੁਸ਼ੀ ਮਹਿਸੂਸ ਹੁੰਦੀ ਹੈ। ਤਾਂ ਉਸ ਵੇਲੇ ਜਦੋਂ ਤੁਸੀਂ ਮੈਨੂੰ ਪਹਿਲੀ ਵਾਰੀ ਗੱਲ ਕਹੀ ਸੀ ਨਾ ਵੀ ਕੀ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਕੰਟੀਨਿਊ ਕਰੀਏ, ਰਾਈਟ, ਅਤੇ ਉਸ ਵੇਲੇ ਵੀ ਮੇਰੇ ਮਨ 'ਚ ਆਹੀ ਇੱਕ ਸਟ੍ਰਾਈਕ ਆਇਆ ਸੀ, ਮਨ ਨੂੰ ਇੱਕ ਫਖਰ ਮਹਿਸੂਸ ਹੋਇਆ ਸੀ ਕਿ ਗੋਰਿਆਂ ਦੇ ਦੇਸ਼ ਵਿੱਚ ਬਿਲਕੁਲ ਗੋਰਿਆਂ ਦਾ ਚੈਨਲ, ਕੀ ਖਿਆਲ ਹੈ ਜੀ, ਸਾਨੂੰ ਇੱਕ ਪਲੇਟਫਾਰਮ ਮੁਹੱਈਆ ਹੋ ਰਿਹਾ, ਇਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ। ਐਂਡ ਅੱਜ ਭਾਈ ਸਾਹਿਬ ਜ਼ਰੂਰਤ ਇਹੀ ਹੈ ਪ੍ਰਚਾਰ ਦੇ ਵਿੱਚ ਚੇਂਜਸ ਲਿਆਉਣੇ ਪੈਣਗੇ, ਕਿਉਂਕਿ ਜੇਕਰ ਅਸੀਂ ਵਾਕਿਆ ਜੀ ਚਾਹੁੰਦੇ ਹਾਂ ਕਿ ਸਾਡੇ ਬੱਚੇ ਜੁੜ ਸਕਣ, ਸਾਡੀ ਲੈਗੇਸੀ ਬੜੀ ਸਟਰੋਂਗ ਹੈ ਸਾਡੀ ਲੈਗੇਸੀ, ਪਰ ਅਨਫੋਰਚੁਨੇਟਲੀ ਅਸੀਂ ਦੱਸ ਨਹੀਂ ਸਕੇ, ਕਿਉਂਕਿ ਜਦੋਂ ਇੱਕ ਸਾਈਡ ਦੀ ਕਮਿਊਨੀਕੇਸ਼ਨ ਹੁੰਦੀ ਹੈ ਤਾਂ ਦੂਸਰੇ ਇੱਥੋਂ ਦੇ ਜਿਹੜੇ ਬੱਚੇ ਨੇ ਉਹ ਚਾਹੁੰਦੇ ਨੇ ਵਾਏ, ਜਦੋਂ ਸਵਾਲ ਹੁੰਦੇ ਨੇ ਜਾਂ ਘਰਾਂ ਦੇ ਵਿੱਚ ਇਸ ਤਰੀਕੇ ਦਾ ਅੱਜ ਮਾਹੌਲ ਬਣਿਆ ਅਤੇ ਜੇ ਅਸੀਂ ਉਹਨਾਂ ਨੂੰ ਪ੍ਰੋਜੈਕਟ ਕਰ ਰਹੇ ਹਾਂ ਉਸ ਤੋਂ ਨਾ ਖੁਸ਼ ਨੇ, ਕਿਉਂਕਿ ਅਸੀਂ ਦੱਸ ਹੀ ਨਹੀਂ ਸਕ ਰਹੇ, ਕਿਉਂਕਿ ਉਹ ਝਲਕਣਾ ਚਾਹੀਦਾ ਸੀ ਸਾਡੇ ਪ੍ਰੈਕਟੀਕਲ ਲਾਈਫ, ਯੂਨੋ ਪ੍ਰੈਕਟੀਕਲ ਲਾਈਫ ਦੇ ਵਿੱਚ ਸਾਡੇ ਯੂਨੋ ਕਿਸ ਤਰੀਕੇ ਦੇ ਤੌਰ ਤਰੀਕੇ ਅਸੀਂ ਵਰਤਦੇ ਹਾਂ, ਕਿਸ ਤਰ੍ਹਾਂ ਦਾ ਸਾਡਾ ਰਹਿਣ ਸਹਿਣ ਹੈ, ਜਦੋਂ ਉਹ ਚੀਜ਼ ਝਲਕਦੀ ਨਹੀਂ ਤਾਂ ਅਸੀਂ ਆਪਣੇ ਆਪ ਨੂੰ ਧਰਮ ਹੀ ਖਵਾਉਂਦੇ ਹਾਂ ਤਾਂ ਉਹ ਬੱਚੇ ਫਿਰ ਸਾਡੇ ਤੋਂ ਦੂਰ ਹੁੰਦੇ ਨੇ। ਸੋ ਆਈ ਥਿੰਕ ਅੱਜ ਦੇ ਸਮਾਜ ਦੇ ਵਿੱਚ ਇਸ ਮੀਡੀਆ ਦੇ ਯੁੱਗ ਵਿੱਚ ਸਾਨੂੰ ਇਹੋ ਜਿਹੇ ਉਪਰਾਲੇ ਹੋਰ ਕਰਨੇ ਚਾਹੀਦੇ ਨੇ ਜਿਹਦੇ ਨਾਲ ਕਿ ਅਸੀਂ ਕੁਐਸਚਨਸ ਲੋਕਾਂ ਦੇ ਲੈ ਕੇ ਉਹਦਾ ਜਦੋਂ ਜਵਾਬ ਦਾਂਗੇ ਸੈਟਿਸਫਾਈ ਕਰ ਸਕਾਂਗੇ ਤਾਂ ਡੈਫੀਨੇਟਲੀ ਉਹ ਤੁਹਾਡੇ ਨਾਲ ਜੁੜਨਗੇ ਹੀ ਜੁੜਨਗੇ। ਐਂਡ ਅਗੇਨ ਇਹ ਮੈਂ ਹੀ ਕਹਿੰਦਾ, ਜਿਸ ਵੀ ਧਰਮ ਵਿੱਚ ਲੋਕਾਂ ਦੀ ਆਸਥਾ ਹੈ ਉਸ ਵਿੱਚ ਇਹੋ ਜਿਹੇ ਤੁਸੀਂ ਉਪਰਾਲੇ ਕਰੋ, ਕਿਉਂਕਿ ਅੱਜ ਔਰਗਨਾਈਜ਼ ਰਿਲੀਜਨ ਤੋਂ ਹਰ ਇੱਕ ਧਰਮ ਵਿੱਚ ਜੇਕਰ ਤੁਸੀਂ ਗੱਲ ਕਰੋ ਤਾਂ ਇਹੀ ਸੁਣਨ ਨੂੰ ਮਿਲਦਾ ਬੱਚੇ ਦੂਰ ਹੋ ਰਹੇ ਨੇ, ਪਰ ਉਹ ਬੱਚਿਆਂ ਦਾ ਕਸੂਰ ਨਹੀਂ, ਉਹ ਸ਼ਾਇਦ ਸਾਡਾ ਕਸੂਰ ਹੈਗਾ ਕਿ ਅਸੀਂ ਉਹਨਾਂ ਤੱਕ ਉਸ ਤਰੀਕੇ ਨਾਲ ਪਹੁੰਚ ਨਹੀਂ ਕਰ ਸਕੇ ਕਿ ਉਸ ਚੀਜ਼ ਨੂੰ ਫੋਲੋ ਕਰ ਸਕਣ। ਵੀਰੇ ਅੱਜ ਤੋਂ 26 ਸਾਲ ਪਹਿਲਾਂ ਜਦੋਂ ਮੈਂ ਇਸ ਖੇਤਰ ਵਿੱਚ ਤੁਰਿਆ ਜੀ ਤਾਂ ਇੱਕ ਰਿਟਾਇਰਡ ਪ੍ਰਿੰਸੀਪਲ ਨੇ ਉਹ ਮੈਨੂੰ ਮਿਲੇ ਜੀ, ਉਹ ਬੜੇ ਪ੍ਰਭਾਵਿਤ ਹੋਏ, ਉਹਨਾਂ ਮੈਨੂੰ ਇਹ ਗੱਲ ਕਹੀ ਸੀ ਉਹ ਮੈਂ ਜ਼ਿੰਦਗੀ 'ਚ ਅਡੈਪਟ ਕੀਤੀ ਜੀ, ਔਰ ਉਹਦਾ ਮੈਨੂੰ ਬੜਾ ਫਾਇਦਾ ਮਿਲਿਆ। ਉਹ ਕਹਿੰਦੇ ਭਾਈ ਸਾਹਿਬ ਜੀ ਮੈਨੂੰ 3 ਚੀਜ਼ਾਂ ਤੁਹਾਡੇ ਵਿਆਖਿਆ 'ਚੋਂ ਝਲਕੀਆਂ ਔਰ ਉਹਨਾਂ ਚੀਜ਼ਾਂ ਨੂੰ ਮੇਨਟੇਨ ਰੱਖਿਓ। ਬੰਦਾ ਕਿਹੜੀ ਗੱਲ ਸੁਣੇਗਾ, ਉਹ 3 ਉਹਦੇ ਕੋਲ ਪੈਰਾਮੀਟਰ ਨੇ, ਓਕੇ, ਉਹ ਸੁਣਨ ਲੱਗਿਆ ਸੋਚਦਾ ਇਹਦਾ ਮੈਨੂੰ ਕੀ ਬੈਨੀਫਿਟ ਹੋਏਗਾ, ਰਾਈਟ, ਹੈ ਨਾ ਜੀ। ਜੇ ਮੇਰੀਆਂ ਵਿਚਾਰਾਂ ਅਤੇ ਦਰਸ਼ਕਾਂ ਨੂੰ ਸੁਣਨ ਵਾਲਾ ਲੱਗਦਾ ਸਾਨੂੰ ਇਹਦਾ ਬੈਨੀਫਿਟ ਹੈ ਤਾਂ ਜ਼ਰੂਰ ਸੁਣਨਗੇ, ਠੀਕ। ਦੂਸਰਾ ਬੰਦਾ ਸੋਚਦਾ ਮੈਨੂੰ ਇਹਦੇ ਮੇਰੇ ਪਰਿਵਾਰ ਨੂੰ ਕੀ ਫਾਇਦਾ ਹੋਏਗਾ, ਤੀਸਰਾ ਮੇਰੇ ਬੱਚਿਆਂ ਨੂੰ ਕੀ ਫਾਇਦਾ ਹੋਏਗਾ। ਅਤੇ ਮੇਰੀ ਵੀ ਜੀ ਹਮੇਸ਼ਾ ਕੋਸ਼ਿਸ਼ ਰਹੀ ਹੈ ਗੁਰੂ ਮਹਾਰਾਜ ਕਿਰਪਾ ਕਰਨ ਕਿ ਉਹਨੂੰ ਰਿਲੇਟ ਕਰੀਏ ਫੈਮਿਲੀ ਸਟਰਕਚਰ ਨਾਲ, ਬਿਲਕੁਲ, ਕਿੱਦਾਂ ਸਾਡੇ ਫੈਮਿਲੀ ਸਟਰਕਚਰ ਦੇ ਵਿੱਚ ਬਖਸ਼ਿਸ਼ ਕਹਿ ਲਓ, ਗੁਣ ਕਹਿ ਲਓ, ਇੰਪਰੂਵਮੈਂਟ ਕਹਿ ਲਓ, ਬਿਊਟੀਫਾਈ ਕਹਿ ਲਓ, ਐਬਸੋਲਿਊਟ, ਕਿੱਦਾਂ ਉਹ ਚੀਜ਼ਾਂ ਆਉਣ, ਹੈ ਨਾ ਜੀ। ਅਤੇ ਦੂਸਰਾ ਮੇਰੀ ਅੰਦਰਲੀ ਜਿਹੜੀ ਤੜਫ ਸੀ, ਮੇਰਾ ਮੇਨ ਫੋਕਸ ਵੀ ਜੀ ਬੱਚੇ ਹੈ, ਰਾਈਟ, ਅਤੇ ਮੈਂ ਚਾਹੁੰਦਾ ਹੁੰਦਾ ਸੀ ਕਿਉਂਕਿ ਗੁਰੂ ਮਹਾਰਾਜ ਨੇ 20-25 ਦੇਸ਼ਾਂ ਦੇ ਵਿੱਚ ਵਿਜ਼ਿਟ ਕਰਵਾਇਆ, ਨਿਊਜ਼ੀਲੈਂਡ ਤੋਂ ਲੈ ਕੇ US ਤੱਕ, ਇੱਧਰੋਂ ਅਫਰੀਕਾ, ਕੇਨੀਆ, ਤਨਜ਼ਾਨੀਆ, ਯੁਗਾਂਡਾ ਵਗੈਰਾ, ਪਰ ਇੱਕ ਥਾਂ 'ਤੇ ਲਾਉਣਾ, ਕੈਂਪ ਲਾਉਣੇ, ਵਾਪਸ ਚਲੇ ਜਾਣਾ, ਰਾਈਟ, ਉਹ ਫਿਰ ਕਹਾਣੀ ਉੱਥੇ ਕੰਟੀਨਿਊਸ ਨਹੀਂ ਰਹਿੰਦੀ ਗੱਲਬਾਤ। 2009 ਤੋਂ ਮੈਂ ਕੈਨੇਡਾ ਆ ਰਿਹਾ, ਠੀਕ, ਇੱਥੇ ਐਡਮਿੰਟਨ ਲਗਾਤਾਰ ਕੈਂਪ ਲਾਏ, ਕਮੇਟੀਆਂ ਚੇਂਜ ਹੋ ਜਾਣੀਆਂ, ਮੁੜ ਕੇ ਕਿਸੇ ਨੇ ਜਾਣਨਾ ਹੀ ਨਾ, ਰਾਈਟ, ਹੈ ਨਾ। ਫਿਰ ਸੋਚਿਆ ਸੀ ਵੀ ਕਿਸੇ ਇੱਕ ਥਾਂ 'ਤੇ ਟਿਕਿਆ ਜਾਵੇ, ਬਾਕੀ ਵੀ ਏਜ ਫੈਕਟਰ ਕਰਕੇ ਵੀ ਹੁਣ ਜ਼ਿੰਦਗੀ ਜਿੰਨੀ ਕੁ ਰਹਿ ਗਈ ਕਿਸੇ ਇੱਕ ਥਾਂ 'ਤੇ। ਜਦੋਂ ਮੈਂ ਛੋਟੇ ਬੱਚਿਆਂ ਦੀਆਂ ਉੱਥੇ ਕਲਾਸਾਂ ਲਾ ਰਿਹਾ, 3 ਸਾਲ ਤੋਂ 6 ਸਾਲ ਜੀ, ਬਹੁਤ ਰਿਜ਼ਲਟ ਆ ਰਿਹਾ, ਬਹੁਤ ਕੁਛ ਪੋਜ਼ਿਟਿਵ ਦੇ। ਐਂਡ ਉਹੀ ਫਾਊਂਡੇਸ਼ਨ ਜੀ, ਜੇਕਰ ਬੱਚੇ ਦੇ ਮਨ ਦੇ ਵਿੱਚ ਉਸ ਸਮੇਂ ਦੇ ਵਿੱਚ ਇਹ ਚੀਜ਼ਾਂ ਪਾ ਦਿੱਤੀਆਂ ਜਾਣ ਤਾਂ ਫਿਰ ਉਹ ਪੌਦਾ ਜਿਹੜਾ ਹੈਗਾ ਬਹੁਤ ਸਟਰੋਂਗ ਬਣਦਾ ਹੈਗਾ। ਐਂਡ ਖਾਸ ਤੌਰ ਦੇ ਉੱਤੇ ਜਿਹੜਾ ਬੈਰੋਮੀਟਰ ਅੱਜ ਹੈਗਾ, ਅਸੀਂ ਕੋਈ ਵੀ ਕੰਮ ਕਰਦੇ ਹਾਂ ਅਤੇ ਸਾਲ ਤੋਂ ਬਾਅਦ ਸਮੀਖਿਆ ਕਰਦੇ ਹਾਂ ਕਿ ਕੀ ਸਾਡਾ ਲਾਭ ਹੋਇਆ, ਕੀ ਨੁਕਸਾਨ ਹੋਇਆ। ਅੱਜ ਸਮਾਜਿਕ ਤੌਰ 'ਤੇ ਜਦੋਂ ਅਸੀਂ ਦੇਖਦੇ ਹਾਂ ਵੈਲਿਊਜ਼, ਸਾਡੇ ਰਿਲੇਸ਼ਨਸ, ਸਾਡੀ ਸਿਹਤ, ਮਾਨਸਿਕ, ਸਰੀਰਕ ਸਿਹਤ, ਉਹ ਡਾਊਨ ਜਾ ਰਹੀ ਹੈ, ਤਾਂ ਉਸ ਪਿੱਛੇ ਕੀ ਕਾਰਨ ਹੈ? ਸੋ ਗੁਰਬਾਣੀ ਹੀ ਇੱਕ ਆਸਰਾ ਹੈ ਜਿਸ ਦਾ ਸਹਾਰਾ ਲੈ ਕੇ ਅਸੀਂ ਆਪਣੇ ਆਪ ਨੂੰ ਹਰ ਪੱਖ ਦੇ ਉੱਤੇ ਉੱਤਾ ਚੁੱਕ ਸਕਦੇ ਹਾਂ। ਸੋ ਆਓ ਮੁੜ ਤੋਂ ਜੁੜਦੇ ਹਾਂ ਜੀ 26ਵੀਂ ਪੌੜੀ ਦੇ ਵਿੱਚ ਗੁਰੂ ਸਾਹਿਬ ਜੋ ਕਹਿ ਰਹੇ ਨੇ। ਹਾਂਜੀ, ਦੇਖੋ ਇੱਕ ਤਾਂ ਗੁਰਬਾਣੀ ਨੇ ਸਾਡੇ ਸਾਹਮਣੇ ਇੰਪੋਰਟੈਂਟ ਸੈਕਟਰਸ ਕਿਹੜੇ ਨੇ ਉਹਦੇ ਪ੍ਰਤੀ ਸੁਚੇਤ ਕਰ ਦੇਣਾ, ਰਾਈਟ, ਕਸ਼ਿਸ਼ ਪੈਦਾ ਕਰਦੇ, ਕਿਸ ਤਰੀਕੇ ਨਾਲ ਕਰਦੇ ਨੇ, ਬਾ ਕਮਾਲ ਹੈ ਜੀ। ਪੁਆਇੰਟ ਲੈ ਲਿਆ ਬਖਸ਼ਿਸ਼, ਠੀਕ ਹੈ ਜੀ ਜੀ, ਸਭ ਤੋਂ ਉੱਤਮ ਰੱਖ, ਤੈਨੂੰ ਇੰਪੋਰਟੈਂਸ ਪਤਾ ਲੱਗ ਜੂਗੀ। ਫਿਰ ਬਖਸ਼ਿਸ਼ ਦੇ ਨਾਲ ਲੈ ਲਿਆ ਗੁਣ ਜੀ, ਹੁਣ ਕੀਤਾ ਗੁਣਾਂ ਦਾ ਵਪਾਰ ਕਰ, ਰਾਈਟ, ਨਾਲ ਕਹਿ ਦਿੱਤਾ
ਪਿਆਰ ਜਗਾ। ਜੇ ਪਿਆਰ ਹੋਏਗਾ, ਪਿਆਰ ਵਿੱਚ ਸਮਾ ਜਾਏਗਾ। ਪਿਆਰ ਵਿੱਚ ਸਮਾ ਜਾਣਾ ਕੀ ਹੈ, ਇਹ ਵੀ ਮੈਂ ਥੋੜ੍ਹਾ ਜਿਹਾ ਕਲੀਅਰ ਕਰਨਾ ਚਾਹਾਂਗਾ ਜੀ। ਬੱਚਾ ਬੇਟਾ ਚਾਹੇ ਬੇਟੀ ਹੈ, ਮਾਪਿਆਂ ਨਾਲ ਪਿਆਰ ਕਰਦੇ ਨੇ ਜੀ। ਕੀ ਉਹ ਪਿਆਰ ਵਿੱਚ ਸਮਾ ਗਏ ਨੇ? ਪੇਰੈਂਟਸ ਨੂੰ ਵੀ ਵਾਚ ਕਰਨਾ ਪਏਗਾ, ਰਾਈਟ। ਬੱਚੇ ਨੂੰ ਵੀ ਸਮਝਣਾ ਪਏਗਾ ਕਿ ਮੈਂ ਆਪਣੇ ਮਾਤਾ ਪਿਤਾ ਦੇ ਪਿਆਰ ਵਿੱਚ ਸਮਾ ਗਿਆ। ਇਹ ਵੀ ਇੱਕ ਵੱਖਰਾ ਕੰਸੈਪਟ ਹੈ। ਇਹ ਬਹੁਤ ਸਟਰੋਂਗ ਅਤੇ ਬਹੁਤ ਹੀ ਇੱਕ ਇੰਪੋਰਟੈਂਟ ਕੋਨਸੈਪਟ ਹੈ, ਜਿਸ ਬਾਰੇ ਬ੍ਰੇਕ ਤੋਂ ਬਾਅਦ ਤੁਹਾਡੇ ਤੋਂ ਜਾਣਕਾਰੀ ਲੈਣੀ ਜੀ। ਵਾਪਸ ਆ ਕੇ ਫਟਾਫਟ ਤੁਹਾਡੇ ਤੋਂ ਇਹ ਜੋ ਤੁਸੀਂ ਦੱਸਣਾ ਚਾਹ ਰਹੇ ਹੋ ਇਸ ਦਾ ਵਿਸਥਾਰ ਵਿੱਚ ਗੱਲਬਾਤ ਕਰਕੇ ਜਾਣਕਾਰੀ ਲੈਣੀ। ਪਰ ਇੱਕ ਐਸੀ ਥਾਂ ਹੁੰਦੀ ਹੈ ਜਿੱਥੇ ਹਰ ਕੋਈ ਆਪਣੀ ਨਿੱਜੀ ਜ਼ਿੰਦਗੀ ਦੇ ਸੁਨਹਿਰੀ ਪਲ ਯਾਦ ਰੱਖਦਾ ਹੈ, ਉਹ ਜਗ੍ਹਾ ਜਿੱਥੇ ਉਹ ਰਹਿੰਦਾ ਹੈ ਤੇ ਪਿਆਰ ਭਰਿਆ ਜੀਵਨ ਬਤੀਤ ਕਰਦਾ ਹੈ। ਇਹ ਗੱਲਾਂ ਤਾਂ ਹੀ ਪੂਰੀਆਂ ਹੁੰਦੀਆਂ ਨੇ ਜਦ ਕਿਸੇ ਜਗ੍ਹਾ ਨੂੰ ਸਜੇ ਹੋਏ ਘਰ 'ਚ ਬਦਲਿਆ ਜਾਵੇ। ਨਵੇਂ ਘਰਾਂ ਨੂੰ ਫਰੇਮਿੰਗ ਤੋਂ ਲੈ ਕੇ ਫਿਨਿਸ਼ਿੰਗ ਤੱਕ, ਡਰੇਪਰੀ ਪੇਂਟਿੰਗਸ ਤੋਂ ਲੈ ਕੇ ਡੈਕੋਰੇਸ਼ਨ ਅਸੈਸਰੀਜ਼ ਤੱਕ, ਤੁਸੀਂ SK ਹੋਮ ਡਿਜ਼ਾਈਨਸ ਦੀਆਂ ਪ੍ਰੋਫੈਸ਼ਨਲ ਸਰਵਿਸਿਜ਼ ਲੈ ਕੇ ਆਪਣੇ ਸੁਪਨਿਆਂ ਦੇ ਘਰ ਨੂੰ ਹਕੀਕਤ 'ਚ ਬਦਲ ਸਕਦੇ ਹੋ। ਕੰਟੈਕਟ ਕਰੋ ਸੰਦੀਪ ਕੌਰ 604-825-9295। ਇਹ ਅਧਿਆਤਮਕ ਸੈਗਮੈਂਟ AMC ਇੰਸ਼ੋਰੈਂਸ ਵੱਲੋਂ ਸਪਾਂਸਰ ਕੀਤਾ ਗਿਆ ਹੈ। 604-507-6666। ਸਵਾਗਤ ਹੈ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਸੈਗਮੈਂਟ ਵਿੱਚ। ਪਿਆਰ ਵਿੱਚ ਕਿਵੇਂ ਸਮਾਉਣਾ ਹੈ, ਕਿਉਂ ਸਮਾਉਣਾ ਹੈ, ਗੁਰਬਾਣੀ ਜੋ ਸਾਨੂੰ ਉਪਦੇਸ਼ ਕਰ ਰਹੀ ਹੈ। ਬ੍ਰੇਕ ਤੋਂ ਪਹਿਲਾਂ ਭਾਈ ਸਾਹਿਬ ਇਸ ਐਸਪੈਕਟ ਨੂੰ ਕਵਰ ਕਰ ਰਹੇ ਸੀ, ਆਓ ਕੁਝ ਹੋਰ ਜਾਣਕਾਰੀ ਲੈਣੇ ਜੀ। ਭਾਈ ਰਾਮ ਸਿੰਘ ਜੀ, ਹਾਂਜੀ ਵੀਰ, ਸਾਡੇ ਘਰਾਂ ਵਿੱਚ ਨੋ ਡਾਊਟ ਕਿ ਬੇਟਾ ਬੇਟੀ ਮਾਪਿਆਂ ਨਾਲ ਪਿਆਰ ਕਰਦੇ ਨੇ, ਰਾਈਟ। ਠੀਕ ਹੈ, ਫਰੈਂਡ ਸਰਕਲ ਵੱਲ ਖਿੱਚ ਹੋ ਗਈ, ਫਰੈਂਡ ਸਰਕਲ ਦੇ ਪਿੱਛੇ ਲੱਗ ਕੇ ਉਹ ਸਮ ਟਾਈਮ ਮਾਪਿਆਂ ਨੂੰ ਇਗਨੋਰ ਕਰ ਰਹੇ ਨੇ ਜੀ। ਇਹਦਾ ਮਤਲਬ ਪਿਆਰ ਕਰਦੇ ਨੇ, ਸਮਾਏ ਨੇ। ਠੀਕ, ਜਿਸ ਦਿਨ ਸਮਾ ਗਏ ਉਸ ਦਿਨ ਉਹਨਾਂ ਨੇ ਮਾਪਿਆਂ ਦੀਆਂ ਭਾਵਨਾਵਾਂ ਨੂੰ ਸਾਹਮਣੇ ਰੱਖਣਾ, ਫਰੈਂਡ ਛੱਡਣਾ ਪਿਆ ਛੱਡ ਦੇਣਗੇ। ਦੁਨੀਆਂ ਦੀ ਉਹ ਚੀਜ਼ ਜਿਹੜੀ ਇਸ ਰਾਹ ਵਿੱਚ ਰੁਕਾਵਟ ਬਣਦੀ ਹੈ ਉਹਨੂੰ ਛੱਡ ਦੇਣਗੇ। ਪਿਆਰ ਵਿੱਚ ਸਮਾਉਣ ਵਾਸਤੇ ਹੀ ਕਿਹਾ, ਜੋ ਤੋਂ ਪ੍ਰੇਮ ਖੇਲਣ ਕਾ ਚਾਹੋ ਸਿਰ ਤਲ ਤਲੀ ਗਲੀ ਮੇਰੇ ਆਓ। ਮੈਂ ਇੱਥੇ ਵਿਸ਼ੇਸ਼ ਨੌਜਵਾਨ ਵੀਰਾਂ ਭੈਣਾਂ ਨੂੰ ਬੇਨਤੀ ਕਰਾਂਗਾ, ਤੁਹਾਡੀ ਜ਼ਿੰਦਗੀ ਵਿੱਚ ਜੋ ਕੁਛ ਵੀ ਤੁਹਾਨੂੰ ਸਿੱਖੀ ਤੋਂ ਦੂਰ ਕਰ ਰਿਹਾ, ਅਗਰ ਤੁਸੀਂ ਉਹਦੇ ਚ ਉਲਝ ਕੇ ਸਿੱਖੀ ਤੋਂ ਦੂਰ ਜਾ ਰਹੇ ਹੋ ਤਾਂ ਤੁਸੀਂ ਗੁਰੂ ਦੇ ਪਿਆਰ ਵਿੱਚ ਸਮਾਏ ਨਹੀਂ ਹੋ। ਜਿਹੜੀ ਚੀਜ਼ ਸਾਨੂੰ ਗੁਰਮਤਿ ਤੋਂ ਤੋੜ ਰਹੀ ਹੈ ਅਸੀਂ ਹਾਲੇ ਪਿਆਰ ਵਿੱਚ ਸਮਾਏ ਨਹੀਂ, ਜੇ ਸਾਨੂੰ ਗੁਰਬਾਣੀ ਤੋਂ ਤੋੜ ਰਹੀ ਹੈ ਅਸੀਂ ਪਿਆਰ ਵਿੱਚ ਸਮਾਏ ਨਹੀਂ। ਪਰ ਪਹਿਲੀ ਗੱਲ ਤਾਂ ਪਿਆਰ ਵਿੱਚ ਸਮਾਨ ਦੀ ਅਤੇ ਸੈਕੰਡਰੀ ਗੱਲ ਆਉਂਦੀ ਹੈ, ਪਿਆਰ ਹੀ ਨਹੀਂ ਹੋਇਆ ਸਾਡਾ ਤਾਂ ਪਿਆਰ ਵਿੱਚ ਸਮਾਵਾਂਗੇ ਕਿਵੇਂ ਅਸੀਂ? ਇਹਦੇ 'ਚ ਮੈਂ ਇਹ ਵੀ ਕਹਿਣਾ ਚਾਹਾਂਗਾ ਵੀਰ ਜੀ, ਕੁਛ ਗਲਤੀਆਂ ਜਾਂ ਕੁਛ ਕਮਜ਼ੋਰੀਆਂ ਸਾਡੀ ਅਗਲੀ ਪੀੜ੍ਹੀ ਦੀਆਂ ਨਹੀਂ, ਸਾਡੀਆਂ ਆਪਣੀਆਂ। ਬਿਲਕੁਲ ਜੀ, ਇਹਦੇ ਵਿੱਚ ਪ੍ਰਚਾਰਕ ਸ਼੍ਰੇਣੀ ਦਾ ਵੀ ਬਹੁਤ ਵੱਡਾ ਇੱਕ ਅਹਿਮ ਰੋਲ ਰਿਹਾ, ਜਿਹੜਾ ਕਿ ਸਿਰਫ ਇਤਿਹਾਸਕ ਪੱਖ ਨੂੰ ਹੀ ਉਜਾਗਰ ਕੀਤਾ ਗਿਆ, ਜਦਕਿ ਉਸਦੀ ਪ੍ਰੈਕਟੀਕੈਲਿਟੀ ਜੋ ਹੈ ਉਸਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਹਾਂਜੀ, ਹੁਣ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਇੱਕ ਇੰਪੋਰਟੈਂਟ ਸੈਕਟਰ ਦੇ ਰਹੇ ਨੇ ਕਿ ਜੇ ਅਸੀਂ ਪਿਆਰ ਵਿੱਚ ਸਮਾ ਜਾਂਦੇ ਹਾਂ ਜੀ, ਰੱਬ ਦੇ ਪਿਆਰ ਵਿੱਚ, ਗੁਰੂ ਸਾਹਿਬ ਦੇ ਪਿਆਰ ਵਿੱਚ, ਕੌਮ ਦੇ ਪਿਆਰ ਵਿੱਚ ਜੀ, ਅੱਜ ਦੇ ਯੁੱਗ ਵਿੱਚ ਬਹੁਤ ਜ਼ਰੂਰੀ ਹੈ ਅਸੀਂ ਪੰਥ ਦੇ ਪਿਆਰ ਵਿੱਚ ਸਮਾ ਜਾਈਏ ਵੀਰ ਜੀ। ਜੀ, ਜੇ ਸਾਡਾ ਕੋਈ ਬੋਲ, ਸਾਡਾ ਕੋਈ ਐਕਸ਼ਨ ਜਾਂ ਸਾਡਾ ਕੋਈ ਕਰਮ ਪੰਥਕ ਰਾਹ ਵਿੱਚ ਰੁਕਾਵਟਾਂ ਬਣਦਾ ਤੇ ਸਾਡਾ ਫਿਰ ਪੰਥ ਨਾਲ ਪਿਆਰ ਵੀ ਨਹੀਂ ਤੇ ਪੰਥ ਵਿੱਚ ਅਸੀਂ ਸਮਾਏ ਵੀ ਨਹੀਂ ਜੀ, ਉਸ ਪਿਆਰ ਵਿੱਚ ਸਮਾਏ ਵੀ ਨਹੀਂ। ਤੇ ਸਤਿਗੁਰੂ ਕਹਿੰਦੇ ਬਹੁਤ ਅਨਮੋਲ ਹੈ, ਕਿਉਂ ਹੈ? ਕਿਉਂਕਿ ਬਖਸ਼ਿਸ਼ਾਂ ਤਾਂ ਇਸ ਨਾਲ ਹੀ ਮਿਲਣੀਆਂ ਨੇ। ਅਮੁੱਲ ਧਰਮ ਅਮੁੱਲ ਦੀਵਾਨ, ਉਹ ਬਖਸ਼ਿਸ਼ ਮਿਲੇਗੀ, ਗੁਣ ਮਿਲਣਗੇ ਤਾਂ ਰੱਬ ਦੇ ਧਰਮ ਨੂੰ, ਨਿਜ਼ਮ ਨੂੰ ਸਮਝੇਗਾ ਤੇ ਉਸ ਨਿਜ਼ਮ ਨੂੰ ਫੋਲੋ ਕਰੇਗਾ, ਰਾਈਟ। ਉਹਦਾ ਜਿਹੜਾ ਧਰਮ ਹੈ ਰੱਬ ਦਾ ਬਣਾਇਆ ਨਿਜ਼ਮ, ਨਿਜ਼ਮ ਕੀ ਹੈ ਵੀਰ ਜੀ? ਮੈਂ ਇਹਨੂੰ ਇੱਦਾਂ ਐਕਸਪਲੇਨ ਕਰਾਂਗਾ, ਗੁਰਬਾਣੀ ਅੰਦਰ ਜਿਹੜੀਆਂ ਸਿੱਖਿਆਵਾਂ ਨੇ, ਟੀਚਿੰਗਸ, ਉਹ ਹਮੇਸ਼ਾ ਹੀ ਟੀਚਿੰਗਸ ਦੋ ਤਰ੍ਹਾਂ ਦੀਆਂ ਹੁੰਦੀਆਂ, ਡੂ ਤੇ ਡੋਂਟ, ਤੇ ਡੋਂਟ ਡੂ। ਠੀਕ, ਇਹ ਤੂੰ ਨਹੀਂ ਕਰਨਾ, ਇਹ ਕਰਨਾ, ਹੈ ਨਾ? ਉਹ ਉਹਦਾ ਧਰਮ ਹੈ, ਉਹਦਾ ਨਿਜ਼ਮ ਹੈ, ਬੜਾ ਅਨਮੋਲ ਹੈ, ਕੋਈ ਮੰਨ ਕੇ ਤਾਂ ਦੇਖੇ। ਦੀਵਾਨ, ਦੀਵਾਨ ਹੁੰਦਾ ਹੈ, ਕੋਰਟ ਕਿੱਥੇ ਹੈ? ਜਿੱਥੇ ਜੱਜ ਬੈਠਾ ਹੈ। ਠੀਕ ਹੈ, ਰੱਬ ਕਿੱਥੇ ਹੈ? ਕੁਦਰਤ ਵਿੱਚ, ਕੁਦਰਤ ਉਹਦਾ ਦੀਵਾਨ ਹੈ, ਸਾਰਾ ਹੀ ਕੁਦਰਤ ਉਹਦਾ ਆਸਣ ਹੈ। ਠੀਕ ਹੈ, ਇਹ ਉਹਦਾ ਦੀਵਾਨ ਬੜਾ ਕੀਮਤੀ ਹੈ, ਉਹਦਾ ਧਰਮ ਕੀਮਤੀ ਹੈ। ਅਮੁੱਲ ਤੁਲ ਅਮੁੱਲ ਪ੍ਰਵਾਨ, ਤੁਲ ਹੁੰਦਾ ਤੱਕੜੀ ਜੀ, ਪੁਰਾਤਨ ਸਮੇਂ ਦੀ ਤੱਕੜੀ, ਪ੍ਰਵਾਨ ਹੁੰਦਾ ਬੱਟੇ, ਉੱਧਰ ਬੱਟੇ ਪਾਏ ਨੇ ਜੀ। ਉਹਦਾ ਹਰ ਚੀਜ਼ ਨੂੰ ਪਰਖਣ ਦਾ, ਦੇਖਣ ਦਾ, ਫੈਸਲੇ ਕਰਨ ਦਾ ਤਰੀਕਾ, ਉਹਦੀ ਤੱਕੜੀ ਕੀ ਹੈ, ਉਹਦਾ ਇਨਸਾਫ ਦਾ ਤਰਾਜੂ ਕੀ ਹੈ, ਉਹ ਤਰਾਜੂ ਇਹ ਹੈ ਕਿ ਜੇ ਅੰਦਰ ਵਿਕਾਰ ਨੇ, ਮਨ ਉੱਚਾ ਹੋ ਜਾਏਗਾ,
ਸੋਚ ਛੋਟੀ ਹੋ ਜਾਏਗੀ, ਮਤ ਨੀਵੀਂ ਹੋ ਜਾਏਗੀ। ਠੀਕ ਠੀਕ ਹੈ। ਜੇ ਗੁਣ ਆਉਣਗੇ ਤਾਂ ਫਿਰ ਮਨ ਨੀਵਾਂ ਹੋ ਜਾਏਗਾ, ਮਤ ਉੱਚੀ ਹੋ ਜਾਏਗੀ, ਸੋਚ ਉੱਚੀ ਹੋ ਜਾਏਗੀ। ਅਰਦਾਸ ਵਿੱਚ ਮੰਗਿਆ ਗਿਆ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਉੱਚੀ। ਠੀਕ ਹੈ, ਇਹ ਉਹਦੀ ਤਕੜੀ ਹੈ। ਵੱਟੇ ਗੁਣ ਨੇ, ਪਿਆਰ ਵੱਟੇ ਹੈ, ਗੁਰਬਾਣੀ ਗੁਰਸਿੱਖੀ ਨਾਲ ਜੁੜਾਂਗੇ ਤਾਂ ਅੰਦਰ ਉਹ ਵੱਟੇ ਪੈਣਗੇ ਜਿਸ ਨਾਲ ਬਖਸ਼ਿਸ਼ ਮਿਲੇਗੀ। ਉਹਦਾ ਇੱਕ ਤੋਲਣ ਦਾ ਤਰੀਕਾ। ਇੱਕ ਤਰੀਕਾ ਹੋਰ ਹੈ ਵੀਰ ਜੀ, ਉਹ ਹੈ ਜਿਹੜੇ ਵੀ ਕੌਮ ਲਈ ਸੰਸਥਾ ਲਈ ਕੁਛ ਕਰਨ ਤੁਰੇ ਨੇ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ, ਕਦੀ ਕਿਸੇ ਦੇ ਵਿਰੋਧ ਤੋਂ ਘਬਰਾਇਓ ਨਾ, ਰੁਕਾਵਟਾਂ ਤੋਂ ਘਬਰਾਇਓ ਨਾ। ਕਿਉਂ? ਕਿਉਂਕਿ ਰੱਬ ਦੇ ਨਿਜ਼ਮ ਦੀ ਇੱਕ ਤੱਕੜੀ ਹੈ, ਉਹ ਹੈ ਕੂੜ ਨਿਖੁੱਟਾ ਨਾਨਕਾ ਓੜਕ ਸੱਚ ਰਹੀ। ਜੇ ਸਾਡੀ ਨੀਅਤ ਸ਼ੁੱਧ ਹੈ, ਦੁਨੀਆਂ ਲੱਖ ਵਿਰੋਧ ਕਰੇ, ਗੁਰੂ ਸਾਹਿਬ ਨੇ ਤੁਹਾਨੂੰ ਮੰਜ਼ਿਲ 'ਤੇ ਪਹੁੰਚਾ ਦੇਣਾ। ਠੀਕ, ਉਹਨਾਂ ਦੇ ਵਿਰੋਧ ਨਾਲ ਤੁਹਾਡਾ ਘਟਣਾ ਕੁਛ ਨਹੀਂ, ਸਗੋਂ ਉਹ ਤੁਹਾਡੇ ਲਈ ਪਬਲਿਸਿਟੀ ਬਣੇਗਾ। ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਨਿੰਦਾ ਹਮਕੋ ਖਰੀ ਪਿਆਰੀ। ਠੀਕ, ਇਸ ਲਈ ਉਹਦਾ ਤਰਾਜੂ ਸਮਝ ਆਏਗਾ। ਉਹਦਾ ਇਨਸਾਫ ਕਰਨ ਦਾ ਤਰੀਕਾ ਇਹ ਹੈ ਕਿ ਉਹ ਹਮੇਸ਼ਾ ਸ਼ੁੱਧ ਨੀਅਤ ਸੱਚ ਦੇ ਪੱਖ ਵਿੱਚ ਖੜ੍ਹਦੇ ਨੇ। ਜਿਹੜਾ ਸਚਿਆਰ ਬਣੇਗਾ, ਸਚਿਆਰ ਬਣਨ ਦੀ ਕੋਸ਼ਿਸ਼ ਕਰੇਗਾ, ਰੱਬ ਉਹਦੇ ਪੱਖ ਵਿੱਚ ਮਾਹੌਲ ਬਣਾਉਣਗੇ। ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨ ਨੇ ਰਾਮਕਲੀ ਰਾਗ ਵਿੱਚ ਅਨੰਦ ਸਾਹਿਬ ਦੀ ਬਾਣੀ ਅੰਦਰ, ਅੰਗੀਕਾਰ ਉਹ ਕਰੇ ਤੇਰਾ ਕਾਰ ਸਭ ਸਵਾਰਨਾ, ਉਹ ਤੁਹਾਡੇ ਫੇਵਰ ਵਿੱਚ ਆਉਣਗੇ। ਤਾਂ ਉਹਨਾਂ ਦੀ ਜਿਹੜੀ ਇਹ ਤੱਕੜੀ ਹੈ, ਤਰਾਜੂ ਹੈ, ਉਹਨਾਂ ਦਾ ਤਰੀਕਾ ਹੈ ਇਨਸਾਫ ਕਰਨ ਦਾ, ਉਹ ਵੀ ਬਹੁਤ ਕੀਮਤੀ ਹੈ। ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ, ਉਹ ਬਖਸ਼ਿਸ਼ ਦਿੰਦੇ ਨੇ, ਉਹਦੀ ਕੀਮਤ ਕੋਈ ਨਹੀਂ। ਜਿਹਦੇ ਕੋਲ ਬਖਸ਼ਿਸ਼ ਮਿਲ ਗਈ ਨਾ ਜੀ, ਕਿਸੇ ਵੀ ਰੂਪ ਵਿੱਚ ਹੈ, ਉਹਦੀਆਂ ਨਿਸ਼ਾਨੀਆਂ ਵੀ ਹੈ। ਆਪਾਂ ਕਹਿੰਦੇ ਹਾਂ ਫਲਾਣੇ ਬੰਦੇ ਨੇ ਕੀਰਤਨ ਕੀਤਾ, ਬਹੁਤ ਆਨੰਦ ਆਇਆ, ਇਹਦਾ ਮਤਲਬ ਬਖਸ਼ਿਸ਼ ਹੈ। ਠੀਕ, ਇੱਕ ਲੈਕਚਰ ਦਿੰਦਾ, ਲੋਕ ਬੋਰ ਹੋ ਜਾਂਦੇ ਆ, ਇੱਕ ਲੈਕਚਰ ਦਿੰਦਾ, ਮਨੁੱਖ ਪਿੰਨ ਡ੍ਰੌਪ ਸਾਇਲੈਂਸ ਹੁੰਦਾ ਹੈ, ਹਰ ਚੀਜ਼ ਨੂੰ ਧਿਆਨ ਨਾਲ ਸੁਣਦੇ, ਇੱਕ ਵਾਰੀ ਸੁਣਨ ਆ ਗਿਆ ਬਾਰ ਬਾਰ ਸੁਣਨ ਆਉਂਦਾ, ਇਹਦਾ ਮਤਲਬ ਬਖਸ਼ਿਸ਼ ਹੈ। ਠੀਕ, ਕਹਿਣ ਵਾਲੇ 'ਤੇ ਵੀ, ਸੁਣਨ ਵਾਲੇ 'ਤੇ ਵੀ। ਬਖਸ਼ਿਸ਼ ਵੱਖ ਵੱਖ ਰੂਪ ਵਿੱਚ ਹੈ, ਉਹਦੀਆਂ ਨਿਸ਼ਾਨੀਆਂ ਵੱਖ ਵੱਖ ਨੇ। ਬਖਸ਼ਿਸ਼ ਵੀ ਕੀਮਤੀ ਅਨਮੋਲ ਹੈ, ਨਿਸ਼ਾਨੀਆਂ ਵੀ ਅਨਮੋਲ ਨੇ। ਅਮੁੱਲ ਕਰਮ ਅਮੁੱਲ ਫੁਰਮਾਨ, ਰੱਬ ਦਾ ਹੁਕਮ ਅਤੇ ਉਹਦਾ ਕਰਮ, ਉਹਦੀ ਬਖਸ਼ਿਸ਼ ਅਤੇ ਉਹਦਾ ਹੁਕਮ, ਇਹ ਅਨਮੋਲ ਹੈ ਜੀ। ਉਹਦਾ ਹੁਕਮ ਕੀ ਹੈ? ਆਪਾਂ ਗੁਰਸਿੱਖ ਹੋਣ ਦੇ ਨਾਤੇ ਵੀਰ ਜੀ, ਇੱਕ ਵਿਸ਼ਵਾਸ ਚਾਹੀਦਾ, ਗੁਰਬਾਣੀ ਅੰਦਰ ਜੋ ਕਰਨ ਨੂੰ ਕਿਹਾ ਇਹ ਰੱਬ ਦਾ ਹੁਕਮ ਹੈ, ਸਾਨੂੰ ਸੱਤ ਕਰਕੇ ਮੰਨਣਾ ਚਾਹੀਦਾ। ਠੀਕ, ਗੁਰਬਾਣੀ ਨੇ ਜੋ ਨਾ ਕਰਨ ਨੂੰ ਕਿਹਾ ਇਹਨੂੰ ਰੱਬ ਦਾ ਹੁਕਮ ਮੰਨ ਕੇ ਜ਼ਿੰਦਗੀ 'ਚ ਕਦੀ ਨਹੀਂ ਕਰਨਾ, ਇਹ ਤੋਂ ਬਚਣਾ ਜੀ। ਕਿਉਂ? ਕਿਉਂਕਿ ਉਹਦੀ ਬਖਸ਼ਿਸ਼ ਮਿਲੇਗੀ ਤਾਂ ਉਹਦਾ ਹੁਕਮ ਵੀ ਅਨਮੋਲ ਹੈ, ਉਹਦੀ ਬਖਸ਼ਿਸ਼ ਵੀ ਅਨਮੋਲ ਹੈ। ਅਮੁੱਲੋ ਅਮੁੱਲ ਆਖਿਆ ਨਾ ਜਾਏ, ਐਕਸਪਲੇਨ ਨਹੀਂ ਕੀਤਾ ਜਾ ਸਕਦਾ, ਡਿਸਕ੍ਰਾਈਬ ਨਹੀਂ ਕੀਤਾ ਜਾ ਸਕਦਾ ਜੀ। ਆਹ ਗੱਲ ਬਾਰ ਬਾਰ ਨਹੀਂ ਆ ਰਹੀ, ਇਹਦਾ ਮਤਲਬ ਫਾਈਨਲ ਵਰਜ਼ਨ ਕੋਈ ਨਹੀਂ, ਬਿਲਕੁਲ ਹੈ ਨਾ, ਫਾਈਨਲ ਵਰਜ਼ਨ ਨਹੀਂ ਹੋ ਸਕਦਾ। ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਬਲਾਏ। ਜਿੰਨੀ ਡਿਸਕਸ਼ਨ ਕਰਾਂਗੇ ਓਨਾ ਪਿਆਰ ਵਧੇਗਾ, ਜਿੰਨੀ ਡਿਸਕਸ਼ਨ ਕਰਾਂਗੇ ਓਨਾ ਵਿਸ਼ਵਾਸ ਵਧੇਗਾ, ਜਿੰਨੀ ਡਿਸਕਸ਼ਨ ਕਰਾਂਗੇ ਓਨਾ ਸ਼ਰਧਾ ਵਧੇਗੀ, ਓਨਾ ਚਾਓ ਜਾਗੇਗਾ, ਉਸ ਪਾਸੇ ਤੁਰਾਂਗੇ, ਪਰ ਉਹ ਫਾਈਨਲ ਵਰਜ਼ਨ ਨਹੀਂ ਹੋ ਸਕਦਾ। ਸੋ ਇੱਥੋਂ ਇੱਕ ਇਹ ਵੀ ਅਸੀਂ ਸਿੱਖਣੀ ਹੈਗੀ ਹੈ ਕਿ ਡਿਸਕਸ਼ਨ ਜ਼ਰੂਰ ਕਰਨੀ ਹੈ, ਪਰ ਉਹ ਡਿਸਕਸ਼ਨ ਬਹਿਸ ਨਾ ਬਣੇ, ਅਤੇ ਇੱਕ ਦੂਸਰੇ ਤੋਂ ਜੇਕਰ ਜਿੰਨੀ ਕੋਈ ਨੌਲੇਜ ਹੈ ਉਸਨੂੰ ਉੱਚਾ ਜਾਣ ਤੱਕ ਨਾ ਅਸੀਂ ਸੀਮਤ ਰਹਿ ਜਾਈਏ, ਉਸ ਵਿੱਚੋਂ ਜੋ ਵੀ ਕੋਈ ਵਿਅਕਤੀ ਕਹਿ ਰਿਹਾ ਉਸ ਵਿੱਚੋਂ ਕੁਝ ਗ੍ਰਹਿਣ ਦੀ ਕੋਸ਼ਿਸ਼ ਕਰੀਏ। ਹਾਂਜੀ ਜੀ, ਅੱਗਿਓਂ ਇਹਨੂੰ ਫਾਈਨਲ ਵਰਜ਼ਨ ਨਹੀਂ ਮੰਨਣਾ, ਇਸ ਲਈ ਕਿਹਾ ਕਿ ਇਸ ਨੂੰ ਬੜੇ ਤਰੀਕੇ ਨਾਲ ਕਿਹਾ ਗਿਆ। ਆਖੇ ਵੇਦ ਪਾਠ ਪੁਰਾਣ, ਧਾਰਮਿਕ ਗ੍ਰੰਥਾਂ ਵਿੱਚ ਵੇਦਾਂ ਵਿੱਚ ਵੀ ਕਿਹਾ ਗਿਆ, ਆਖੇ ਪੜ੍ਹੇ ਕਰੇ ਵਖਿਆਣ, ਵਰਣਨ ਕਰਨ ਵਾਲੇ ਐਕਸਪਲੇਨਰਸ ਉਹਨਾਂ ਨੇ ਬਹੁਤ ਕੁਛ ਕਿਹਾ ਜੀ। ਆਖੇ ਬਰਮੇ ਆਖੇ ਇੰਦ, ਬ੍ਰਹਮਾ ਇੰਦਰ, ਆਖੇ ਗੋਪੀ ਤੈ ਗੋਬਿੰਦ ਜੀ, ਗੋਪੀਆਂ ਗੋਬਿੰਦ ਜਾਣੀ ਉਹ ਕਾਨ ਕ੍ਰਿਸ਼ਨ ਜੀ ਨੂੰ ਕਹਿੰਦੇ ਸਨ। ਆਖੇ ਈਸ਼ਰ ਆਖੇ ਸਿੱਧ, ਸ਼ਿਵਜੀ ਸਿੱਧ ਲੋਕ, ਆਖੇ ਕੀਤੇ ਕੀਤੇ ਬੁੱਧ, ਮਹਾਤਮਾ ਬੁੱਧ ਵਰਗੇ, ਆਖੇ ਦਾਨਵ ਆਖੇ ਦੇਵ, ਦੇਵਤੇ ਰਾਕਸ਼ਸ, ਆਖੇ ਸੁਰਨਰ ਮੁੰਜਨ ਸੇਵ, ਮੁਨੀ ਲੋਕ ਦੇਵਤੇ ਲੋਕ ਚੰਗੇ ਇਨਸਾਨ, ਇਹ ਕਹਿੰਦੇ ਰਹੇ। ਜਿੰਨੀ ਸਮਝ ਆਈ ਕਿਹਾ, ਜਿੰਨਾ ਉਹਦਾ ਭੇਦ ਪਾਇਆ ਲੋਕਾਂ ਨਾਲ ਸ਼ੇਅਰ ਕੀਤਾ ਜੀ, ਪਰ ਉਹ ਫਾਈਨਲ ਵਰਜ਼ਨ ਨਹੀਂ ਨਹੀਂ ਹੋ ਸਕਿਆ।
ਕੇਤੇ ਆਖੇ ਆਖਣ ਪਾਏ, ਕਿਤਨੇ ਨੇ ਜਿਹੜੇ ਇਸ ਨੂੰ ਕਹਿ ਗਏ, ਕੇਤੇ ਕਹਿ ਕੇ ਉੱਠ ਉੱਠ ਜਾਏ ਜੀ, ਕਿਤਨੇ ਵਰਣਨ ਕਰਕੇ ਐਕਸਪਲੇਨ ਕਰਕੇ ਚਲੇ ਗਏ, ਇੱਤੇ ਕੀਤੇ ਹੋਰ ਕਰੇ, ਇੰਨੇ ਹੋਰ ਹੋ ਜਾਣ, ਜਿੰਨਾ ਮਰਜ਼ੀ ਕਹਿਣ ਤਾਂ ਆਖ ਨਾ ਸਕੈ ਕਈ ਕਈ। ਆਹ ਜਿਹੜੀ ਪੰਕਤੀ ਹੈ ਨਾ, ਤਾਂ ਆਖ ਨਾ ਸਕੈ ਕਈ ਕਈ, ਇਹ ਸਾਡੀ ਬਹੁਤ ਸਾਰੀ ਬਹਿਸ ਨੂੰ ਖਤਮ ਕਰ ਸਕਦੀ ਹੈ ਕਿ ਫਾਈਨਲ ਵਰਜ਼ਨ ਨਹੀਂ ਹੋ ਸਕਦਾ। ਠੀਕ, ਉਹ ਫੁੱਲੀ ਡਿਸਕ੍ਰਾਈਬਡ ਹੋ ਹੀ ਨਹੀਂ ਸਕਦਾ, ਬਿਯੋਂਡ ਡਿਸਕ੍ਰਿਪਸ਼ਨ। ਹਾਂ ਬਿਲਕੁਲ ਜੀ, ਜੇਵਡ ਭਾਵ ਹੈ ਤੇਵਡ ਹੋਏ, ਕਿਉਂਕਿ ਉਹ ਬਖਸ਼ਿਸ਼ ਦੇ ਰੂਪ ਵਿੱਚ ਜਿੰਨਾ ਵੱਡਾ ਚਾਹੇ ਉਹ ਹੋ ਸਕਦਾ ਹੈ, ਉਹ ਸ਼ਕਤੀ ਦੇ ਰੂਪ ਵਿੱਚ ਜਿੰਨਾ ਵੱਡਾ ਚਾਹੇ ਹੋ ਸਕਦਾ ਜੀ। ਆਪਾਂ ਦੇਖਦੇ ਹਾਂ ਸ਼ਕਤੀਆਂ ਚਾਹੇ ਸੁਨਾਮੀ ਲਹਿਰਾਂ ਦੇ ਰੂਪ ਵਿੱਚ ਆਉਂਦੀਆਂ ਨੇ, ਤੂਫਾਨ ਦੇ ਰੂਪ ਵਿੱਚ ਆਉਂਦੀਆਂ ਨੇ, ਜਵਾਲਾਮੁਖੀ ਫਟਦੇ ਨੇ, ਤਾਂ ਪਤਾ ਨਹੀਂ ਕਿਸ ਰੂਪ ਵਿੱਚ ਕਿੱਡਾ ਵੱਡਾ ਹੋ ਕੇ ਆ ਜਾਂਦਾ ਜੀ। ਇੱਕ ਹਿਸਟਰੀ ਜੀ ਬਣ ਜਾਂਦੀ ਹੈ ਕਿ ਆਹ ਜਿਹੜੀਆਂ ਸੁਨਾਮੀ ਲਹਿਰਾਂ ਆਈਆਂ ਸੀ ਐਡੀਆਂ ਅੱਗੇ ਕਦੀ ਨਹੀਂ ਆਈਆਂ, ਰਾਈਟ, ਪਰ ਕੱਲ੍ਹ ਨੂੰ ਇਸ ਤੋਂ ਵੀ ਵੱਡੀਆਂ ਆ ਸਕਦੀਆਂ, ਜੇਵਡ ਭਾਵ ਹੈ ਤੇਵਡ ਹੋਏ ਜੀ। ਉਹ ਨਾਨਕ ਜਾਣੈ ਸੱਚਾ ਸੋਏ, ਇਹ ਵਾਹਿਗੁਰੂ ਆਪ ਹੀ ਜਾਣਦੇ ਨੇ। ਯਾਨੀ ਨਾ ਤਾਂ ਅਸੀਂ ਫੁੱਲੀ ਡਿਸਕ੍ਰਾਈਬ ਕਰ ਸਕਦੇ ਹਾਂ ਜੀ, ਨਾ ਫੁੱਲੀ ਅੰਡਰਸਟੈਂਡਿੰਗ ਹੋ ਸਕਦੀ ਹੈ, ਨਾ ਕੋਈ ਫਾਈਨਲ ਵਰਜ਼ਨ ਹੋ ਸਕਦਾ ਹੈ। ਜੇ ਕੋ ਆਖੇ ਬੋਲ ਵਿਗਾੜ, ਜੇ ਕੋਈ ਕਹਿੰਦਾ ਫਾਈਨਲ ਵਰਜ਼ਨ ਹੈ ਤਾਂ ਆਪਣੇ ਬੋਲਾਂ ਨੂੰ ਵਿਗਾੜ ਕੇ ਕਹਿ ਰਿਹਾ, ਕਨਸੈਪਟ ਤੋਂ ਪਾਸੇ ਦੀ ਗੱਲ ਕਹਿ ਰਿਹਾ। ਤਾਂ ਲਿਖੀ ਹੈ ਸਿਰ ਗਾਵਾਰਾਂ ਗਾਵਾ, ਉਸ ਸਿਸਟਮ ਵਿੱਚ ਉਹ ਮੂਰਖਾਂ ਦਾ ਮੂਰਖ ਸਮਝਿਆ ਜਾਏਗਾ। ਬਹੁਤ ਧੰਨਵਾਦ ਜੀ ਭਾਈ ਸਾਹਿਬ, ਜੋ ਆਪ ਜੀ ਇਹ ਵਿਆਖਿਆ ਕਰਕੇ ਸਾਨੂੰ ਸਮਝਾ ਰਹੇ ਹੋ, ਅਤੇ ਦਰਸ਼ਕ ਇਸ ਨਾਲ ਜੁੜ ਰਹੇ ਨੇ, ਤੁਹਾਡਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਨਾਲ ਹੀ ਕਰਦੇ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਫੀਡਬੈਕ ਦੇ ਸਕਦੇ ਹੋ 604-603-7555 ਜਾਂ ਫਿਰ ਈਮੇਲ ਜ਼ਰੀਏ harpreetsingshow@gmail.com। ਇਹ ਸਾਰੇ ਐਪੀਸੋਡਸ ਤੁਹਾਡੇ ਅਵੇਲੇਬਲ ਨੇ youtube.com/harpreetsingshow ਦੇ ਉੱਤੇ, ਅਤੇ ਉਸ ਦੇ ਨਾਲ sikhcommunity.net ਜੋ ਭਾਈ ਸਾਹਿਬ ਵੈਬਸਾਈਟ ਚਲਾਉਂਦੇ ਨੇ ਉੱਥੇ ਵੀ ਇਹ ਸਾਰੇ ਐਪੀਸੋਡਸ ਡਾਊਨਲੋਡ ਕੀਤੇ ਜਾਂਦੇ ਨੇ। ਉਸ ਤੋਂ ਇਲਾਵਾ ਇਸ ਵੈਬਸਾਈਟ ਦੇ ਉੱਤੇ ਹੋਰ ਵੀ ਬਹੁਤ ਕੁਝ ਗੁਰਮਤ ਨਾਲ ਸੰਬੰਧਿਤ ਤੁਹਾਨੂੰ ਮਿਲ ਸਕਦਾ ਹੈ। ਜੋ ਇਹ ਅਸੀਂ ਯਤਨ ਕਰ ਰਹੇ ਹਾਂ ਉਸ ਦੇ ਤੁਹਾਡਾ ਸਹਿਯੋਗ ਜੋ ਮਿਲ ਰਿਹਾ ਉਸ ਲਈ ਧੰਨਵਾਦੀ ਹਾਂ, ਕਿਉਂਕਿ ਥਰੂ ਈਮੇਲਸ, ਥਰੂ ਫੋਨ ਕਾਲਸ ਤੁਸੀਂ ਸਹਿਯੋਗ ਦੇ ਰਹੇ ਹੋ ਕਿ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆ ਰਿਹਾ ਹੈ। ਆਓ ਸਾਰੇ ਯਤਨ ਕਰੀਏ, ਕਿਉਂਕਿ ਇਸ ਵਿੱਚੋਂ ਅਸੀਂ ਹਰ ਕਿਸੇ ਨੇ ਕੁਝ ਨਾ ਕੁਝ ਸਿੱਖਣਾ ਹੈਗਾ, ਅਤੇ ਇਸ ਨੂੰ ਅੱਗੇ ਚਲਾਉਣ ਵਾਸਤੇ ਤੁਹਾਡੇ ਸਹਿਯੋਗ ਦੀ ਵੀ ਆਸ ਰੱਖਦੇ ਹਾਂ। ਜਿੱਥੇ ਤੁਹਾਨੂੰ ਇਹ ਪਸੰਦ ਆ ਰਿਹਾ, ਬੇਨਤੀ ਕਰਦੇ ਹਾਂ ਅੱਜ ਵਟਸਐਪ ਦੇ ਇਸ ਯੁੱਗ ਦੇ ਵਿੱਚ ਤੁਸੀਂ ਇਹ ਪ੍ਰੋਗਰਾਮਸ ਨੂੰ ਸ਼ੇਅਰ ਕਰ ਸਕਦੇ ਹੋ ਔਨ ਵਟਸਐਪ, ਜਿੱਥੇ ਅਸੀਂ ਹੋਰ ਬਹੁਤ ਕੁਝ ਸ਼ੇਅਰ ਕਰਦੇ ਹਾਂ। ਇਹ ਵੀ ਅਸੀਂ ਯਤਨ ਕਰੀਏ ਕਿ ਹਰ ਘਰ ਵਿੱਚ, ਸਿੱਖ ਦੇ ਘਰ ਦੇ ਵਿੱਚ ਇਹ ਗੱਲ ਪਹੁੰਚ ਸਕੇ, ਤਾਂ ਕਿ ਜੋ ਗੁਰਬਾਣੀ ਸਾਨੂੰ ਕਹਿ ਰਹੀ ਹੈ ਉਸ ਨਾਲ ਅਸੀਂ ਜੁੜ ਸਕੀਏ। ਉਸ ਦੇ ਨਾਲ ਹੀ ਧੰਨਵਾਦੀ ਅਸੀਂ ਆਪਣੇ ਸਪੋਂਸਰ ਅਤੇ ਐਡਵਰਟਾਈਜ਼ਰਸ ਦੇ, ਜਿਨ੍ਹਾਂ ਦੀ ਬਦੌਲਤ ਇਹ ਪ੍ਰੋਗਰਾਮਸ ਤੁਹਾਡੇ ਤੱਕ ਪਹੁੰਚਦੇ ਨੇ। ਇੱਥੇ ਹੀ ਕਰਦਾ ਪ੍ਰੋਗਰਾਮ ਦੀ ਇਸ ਹਿੱਸੇ ਦੀ ਸਮਾਪਤੀ, ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਬਾਏ।